ਅਸੀਂ ਗੱਪਸ਼ਪ ਲਾ ਰਹੇ ਹਾਂ ਅਤੇ ਤੁਹਾਡੀ ਹੋਰ ਕੀ ਸੇਵਾ ਕੀਤੀ? ਸਾਇਨ ਇੰਨਾ ਕੁਛ ਤੁਸੀਂ ਸੇਵਾ ਹੋਈ ਹੈ, ਬਹੁਤ ਕੋਈ ਸੇਵਾ ਨਹੀਂ ਹੈ, ਦੇਖੋ ਕਿੰਨਾ ਕੁਛ ਤੁਸੀਂ ਮਤਲਬ ਇਹ ਕਿ ਕੀ ਮਤਲਬ ਹੋਰ ਕੀ ਤਨਵੀਰ ਸਾਹਿਬ ਦੀ ਤਾਂ ਤਬੀਅਤ ਹੀ ਠੀਕ ਨਹੀਂ, ਖਾ ਹੀ ਨਹੀਂ ਰਹੇ, ਉਹਨਾਂ ਦਾ ਪੇਟ ਖਰਾਬ ਹੈ, ਉਹ ਤਕਲੀਫ ਵਿੱਚ ਨੇ, ਉਸਦੇ ਬਾਵਜੂਦ ਮਿਲਣ ਆ ਗਏ। ਹਾਂਜੀ ਨਹੀਂ ਕੀ ਕਰੋ ਲਾਹੌਰ? ਨਹੀਂ ਹੁਣ ਨਹੀਂ, ਮੇਰਾ ਪੇਟ ਮਤਲਬ ਹੁਣ ਮੈਂ ਠੀਕ ਹੈ, ਲੇਕਿਨ ਮੈਂ ਅਹਤਿਆਤ ਕਰ ਰਿਹਾ। ਅੱਛਾ, ਅਤੇ ਕਦੋਂ ਤੀਕ ਕਰੋ ਲਾਹੌਰ? ਮੈਂ ਭਾਈ ਨਾ ਮੇਰੀ ਅਪੁਆਇੰਟਮੈਂਟ ਸੀ ਅੱਜ ਡਾਕਟਰ ਕੋਲ, ਮੈਂ ਗਿਆ ਸੀ, ਉਹ ਮੇਰਾ ਦਾੜਾ ਨਾ ਦੋ ਇੱਧਰ ਅਤੇ ਦੋ ਇੱਧਰ, ਅਤੇ ਕਰਾਉਣੀ ਕਰਾਉਣੀ ਸੀ, ਉਹਦਾ ਕੰਮ ਲੰਬਾ ਹੈ, ਅਤੇ ਉਹ ਅੱਜ ਮੈਂ ਗਿਆ ਸੀ ਅਤੇ ਉਹਨੇ ਕੀਤਾ, ਲਾ ਕੇ ਦੇਖਿਆ, ਉਹ ਜਿਹੜਾ ਬਣਾਇਆ ਸੀ ਉਹ ਸੂਟੇਬਲ ਨਹੀਂ ਸੀ, ਕਹਿੰਦੇ ਮੈਂ ਸਰਕਾਰੀ ਹਸਪਤਾਲ, ਸਰਕਾਰੀ ਪ੍ਰਾਈਵੇਟ 'ਤੇ ਬਹੁਤ ਵੱਡਾ ਕੰਮ ਹੈ ਉਹ ਲੱਖਾਂ 'ਤੇ। ਹਾਂਜੀ ਲੱਖਾਂ 'ਤੇ। ਅਤੇ ਤੁਸੀਂ ਕੀ ਕਰਵਾ ਰਹੇ ਹੋ ਟ੍ਰੀਟਮੈਂਟ? ਇਹਨੇ ਦੋ ਤਾੜਾਂ ਇੱਧਰੋਂ ਅਤੇ ਦੋ ਨਿਕਲੀਆਂ ਹੋਈਆਂ, ਉਹ ਲੱਗ ਜਾਂਦਾ, ਯਾਨੀ ਡੈਂਚਰ ਲੱਗੇਗਾ? ਹਾਂਜੀ ਉਹ ਨਿਕਲ ਵੀ ਸਕਦਾ, ਡੈਂਚਰ ਹੀ ਹਾਂਜੀ ਬਤੀਸੀ ਬਤੀਸੀ ਦਾ। ਹਾਲਾਂਕਿ ਤੁਹਾਡੀ ਕੋਈ ਬਤੀਸ ਬੱਤੀ ਨਹੀਂ ਆਉਣਾ, ਅਠੀਸੀ ਹੋਣੀ। ਨਹੀਂ ਨਹੀਂ ਉਹ ਚਾਰ ਚਾ ਚੁੱਕ ਚਕੋਰੀ ਚੁੱਕੀ, ਦੋ ਇੱਧਰ ਦੋ ਇੱਧਰ, ਦਰਮਿਆਨ ਦੰਦ ਹੈ ਨਾ, ਇਹ ਜਿਹੜੀ ਜਗ੍ਹਾ ਖਾਲੀ ਹੈ ਨਾ ਉਹਦੇ ਵਾਸਤੇ ਚੋਰੀ ਸੀ। ਹਾਂਜੀ ਚੋਰੀ ਸੀ, ਚੋਰੀ ਸੀ, ਠੀਕ। ਉਹ ਬੜਾ ਇਹ ਮੈਂ ਸਮਝਦਾ ਸੀ ਮਾਮੂਲੀ ਕੰਮ ਹੈ, ਇਹ ਮੈਨੂੰ ਅੱਜ ਦਸ ਦਿਨ ਹੋ ਗਿਆ, ਦੂਸਰੇ ਤੀਸਰੇ ਦਿਨ ਜਾਣਾ, ਉਹ ਵਿਚਾਰੀ ਬੜੀ ਜਿਹੜੀ ਡਾਕਟਰ ਬਣ ਰਹੀ ਹੈ? ਨਹੀਂ ਉਹ ਬਣ ਚੁੱਕੀ ਹੈ ਹੁਣ, ਵੈਸੇ ਜਿਹੜਾ ਹੈ ਨਾ ਬੀ ਡੀ ਐੱਸ ਜਿਹਨੂੰ ਕਹਿੰਦੇ ਨੇ, ਠੀਕ ਹੈ, ਡੈਂਟਲ ਸਰਜਨ ਦੇ। ਹਾਂਜੀ ਇਹਦੇ ਲੜਕੀਆਂ ਬਹੁਤ ਆ ਰਹੀਆਂ, ਲੜਕੀ ਉਹ ਸਾਰੀਆਂ, ਲੇਕਿਨ ਮੈਂ ਹੈਰਾਨ ਤਮਾਮ ਕਿ ਇਹ ਵਿਚਾਰੀਆਂ ਲੜਕੀਆਂ ਹੁੰਦੀਆਂ ਨੇ ਅਤੇ ਉਹ ਜ਼ੋਰ ਲਾਉਣਾ ਪੈਂਦਾ ਦੰਦ ਕੱਢਣ ਲਈ ਔਰ ਸਾਰਾ ਤਾਂ ਕਰ ਲੈਂਦੀ। ਹਾਂਜੀ ਭਲਵਾਨ ਹੁੰਦੀ? ਨਹੀਂ ਉਹ ਲੜਕੀਆਂ ਬੜੀਆਂ, ਉਹ ਮਹਾਰਤ ਇੱਕ ਟੈਕਨੀਕ ਹੁੰਦੀ ਹੈ, ਬੜੀ ਤਨਦਹੀ ਨਾਲ ਲਗਨ ਦੇ ਨਾਲ, ਪਹਿਲੇ ਤਾਂ ਨਾਪ ਲੈਣਾ ਬੜਾ ਕੰਮ ਹੋ ਪੈਂਦਾ, ਨਾਪ ਮੈਂ ਸਮਝਦਾ ਸੀ ਜਿਵੇਂ ਕੱਪੜਿਆਂ ਦਾ ਅਸੀਂ ਨਾਪ ਦੇ ਕੇ, ਨਹੀਂ ਨਹੀਂ ਉਹ ਤਾਂ ਪਤਾ ਨਹੀਂ ਮੂੰਹ 'ਚ ਕੁਛ ਪਾਉਂਦੇ, ਮੂੰਹ 'ਚ ਪਾ ਕੇ ਇੱਕ ਚੀਜ਼ ਜਿਹੀ ਹੁੰਦੀ ਹੈ ਉਹਨੂੰ ਦਬਾ ਕੇ ਰੱਖਦੇ ਨੇ, ਦਬਾ ਕੇ ਫਿਰ ਕੱਢਦੇ ਨੇ, ਉਹ ਕੋ 10 12 15 ਵਾਰੀ ਹੋਇਆ, ਓਏ ਹੋਏ ਮੈਂ ਥੱਕ ਗਿਆ, ਤੇ ਕਰੇ ਬਸ ਆਪਣੇ ਥੋੜਾ ਸਾ ਨਾਮ ਸੇ ਮੈਂ ਦੁਬਾਰਾ, ਉਹ ਫਿਰ ਉਹ ਗਰਮ ਕਰਕੇ ਲਿਆਵੇ ਉਹ ਸਾਂਚਾ ਜਿਹਾ ਪਾ ਕੇ, ਉਹ ਬੜਾ ਲੰਬਾ ਕੰਮ ਹੈ, ਸੱਚੀ ਐਡਾ ਲੰਬਾ ਤਾਂ ਨਹੀਂ ਹੁੰਦਾ। ਹਾਂਜੀ ਨਹੀਂ ਮੇਰਾ ਥੋੜ੍ਹਾ ਕੇਸ ਨਾ ਡਿਫਰੈਂਟ ਹੈ, ਇਹ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਦਾ, ਅਤੇ ਪਹਿਲੇ ਤਾਂ ਉਹ ਜਵਾਬ ਦੇ ਰਹੇ ਕਿ ਇਹ ਨਹੀਂ ਹੋ ਸਕਦਾ, ਫਿਰ ਉਹਨੇ ਆਪਣਾ ਤਾਂ ਹਾਥੀ ਨਾਲ ਕੋਈ ਤਾਲੁਕ ਨਹੀਂ, ਹਾਥੀ ਨਾਲ ਅੱਛੇ ਹਾਥੀ ਤੋਂ ਸਮਝੋ, ਹਾਂਜੀ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ, ਜੀ ਜੀ, ਅਤੇ ਇਹ ਤੁਹਾਡੇ ਕਿਹੜੇ ਵਾਲੇ ਦੰਦ? ਨਹੀਂ ਇਹ ਖਾਣ ਵਾਲੇ ਨੇ ਕਿ ਦਿਖਾਉਣ ਵਾਲੇ? ਨਹੀਂ ਇਹ ਖਾਣ ਵਾਲੇ ਭਾਈ, ਨਹੀਂ ਇਹ ਦਿਖਾਉਣ ਵਾਲੇ, ਹਾਂਜੀ ਇਹ ਸਾਹਮਣੇ ਦਿਖਾਉਣ, ਹਾਂਜੀ ਇਹ ਜਿਹੜੇ ਦਾੜਾਂ ਨਾ ਜਿਹੜੀਆਂ, ਹਾਂ ਇਹ ਲਵਾਉਣ। ਅੱਛਾ ਫਿਰ ਖਾਣ ਵਾਲੇ? ਹਾਂਜੀ ਖਾਣ ਵਾਲੇ, ਓਹੋ ਦੋ ਇੱਧਰ ਅਤੇ ਦੋ ਇੱਧਰ, ਅਤੇ ਕਰਾਉਣਿੰਗ ਵਾਸਤੇ ਮੈਂ ਆਇਆ ਸੀ ਐਕਚੁਲੀ, ਇੱਕ ਨਾ ਕਹਿੰਦੇ ਕਰਾਉਣਿੰਗ ਅਭੀ ਨਹੀਂ ਹੋ ਸਕਦੀ, ਅਤੇ ਉਹ ਵਿਚਾਰੀ ਕਰ ਰਹੀ ਹੈ, ਅਤੇ ਅੱਜ ਵੀ ਉਹਨੇ ਫਿਰ ਮੈਨੂੰ ਕਿਹਾ ਕਿ ਮੈਂ ਆਪਕੋ ਬਤਾਉਂਗੀ, ਉਹ ਫਿਰ ਉਹਦਾ ਮੈਸੇਜ ਆ ਜਾਂਦਾ ਕਿ ਆਪ ਚਲੋ ਅੱਲਾਹ ਤਾਲਾ, ਹਾਂਜੀ ਤੁਸੀਂ ਦੋ ਚਾਰ ਦਿਨ, ਹਾਂਜੀ ਹਾਂਜੀ ਹੋ, ਅਤੇ ਰਿਹਾਇਸ਼ ਰੱਖੀ ਧਰਮਪੁਰੇ? ਹਾਂਜੀ ਧਰਮਪੁਰੇ ਮੈਂ ਕੁਛ ਦਿਨ ਉੱਥੇ ਰਿਹਾ ਕਾਫੀ ਦਿਨ, ਫਿਰ ਮੈਂ ਹੁਣ ਸ਼ਾਲੀਮਾਰ ਸੋਹੋ, ਸ਼ਾਲੀਮਾਰ ਪਹੁੰਚ ਗਏ? ਹਾਂਜੀ ਸ਼ਾਲੀਮਾਰ ਹੋਸਪਿਟਲ ਦੇ ਸਾਹਮਣੇ। ਅੱਛਾ ਸੋਹੋ ਵਾਲੀ, ਸਾਹੋ ਵਾਲੀ, ਸਾਹੋ ਵਾਲੀ, ਹਾਂ ਗਲੀ ਜਾ, ਹਾਂਜੀ ਲੇਕਿਨ ਉਹ ਬਿਲਕੁਲ ਕਲਾਸ ਵੱਲ ਉੱਥੇ ਰਹਿੰਦਾ। ਅੱਛਾ ਉਹ ਤਕਰੀਬਨ ਮੇਨ 'ਤੇ ਹੀ ਹੈ ਸਾਹੋ, ਬੜਾ ਬਦਲ ਗਿਆ ਹੋਣਾ ਉਹ ਲਿੰਕ ਰੋਡ। ਹਾਂ ਲਿੰਕ ਰੋਡ ਇੰਨਾ ਰਸ਼ ਹੁੰਦਾ, ਸੜਕ ਕ੍ਰਾਸ ਕਰਨੀ ਮੁਸ਼ਕਲ ਹੈ, ਅਤੇ ਸੜਕ ਨਹੀਂ ਕ੍ਰਾਸ ਹੁੰਦੀ ਉੱਥੇ, ਬਹੁਤ ਰਸ਼ ਰਸ਼ ਹੈ। ਸਾਡਾ ਇੱਕ ਯਾਰ ਕੁੱਕੀ ਸ਼ਾਹ ਉੱਥੇ ਰਹਿੰਦਾ ਸੀ। ਅੱਛਾ ਉਹ ਤਾਂ ਅੱਗੇ ਜਾ ਕੇ ਸਹਿਰਸਨ, ਸਹਿਰਸਨ ਨਾ ਕਿਹੜਾ ਸਨ, ਅੰਗੂਰੀ ਸਨ, ਅੰਗੂਰੀ ਤਾਂ ਬਹੁਤ ਅੱਗੇ ਦਰਮਿਆਨ ਵਿੱਚ ਇੱਕ ਆਉਂਦਾ ਸੀ ਸਨ। ਅੱਛਾ ਅੰਗੂਰੀ ਤੋਂ ਇਲਾਵਾ ਵੀ ਇੱਥੇ ਸਰਨਾ ਸੀ? ਹਾਂ ਅਤੇ ਇਹ ਸਾਹੂਵਾੜੀ ਦੇ ਅੰਦਰ ਉਹ ਰਹਿੰਦਾ ਸੀ ਕਾਜ਼ਮ। ਅੱਛਾ ਕਾਜ਼ਮ ਪਾਤਸ਼ਾਹ ਇੱਕ ਅਦਾਕਾਰ ਹੁੰਦਾ ਸੀ, ਉਹ ਸਾਡੇ ਧਰਮਪੁਰੇ ਵਾਲੀ ਗਲੀ 'ਚ ਨਾਲ ਦਾ ਘਰ ਸੀ। ਕਾਜ਼ਮ ਪਾਤਸ਼ਾਹ ਨਹੀਂ ਹੋਣਾ? ਹਾਂਜੀ ਉਹ ਕਾਜ਼ਮ ਰਜ਼ਾ ਇਸਫਹਾਨੀ ਹੋਣਾ, ਕਾਜ਼ਮ ਇਸਫਹਾਨੀ ਨਹੀਂ ਪਾਤਸ਼ਾਹ, ਪਾਤਸ਼ਾਹ ਕਾਜ਼ਮ ਪਾਤਸ਼ਾਹ ਦੇ ਸਾਡੇ ਡਾਇਰੈਕਟਰ ਹੈ ਪੀ ਟੀ ਵੀ, ਮੇਰੇ ਉਸਤਾਦ ਮੁਹਤਰਮ। ਹਾਂ ਨਹੀਂ ਨਹੀਂ ਸੋਰੀ, ਉਹ ਕੋਈ ਅਦਾਕਾਰ ਸੀ ਪਾਤਸ਼ਾਹ, ਪਾਤਸ਼ਾਹ ਕਰਕੇ ਮਸ਼ਹੂਰ ਸੀ, ਛੋਟਾ ਮੋਟਾ ਤਾਂ ਪਾਤਸ਼ਾਹ
ਉਹ ਤੇ ਨਹੀਂ ਸੀ ਐਨਕ ਵਾਲੇ ਜਿੰਨ ਜਿਹੜਾ ਆਉਂਦਾ ਨਹੀਂ ਮੈਨੂੰ ਨਹੀਂ ਜ਼ਿਆਦਾ ਉਹ ਮੈਨੂੰ ਦੱਸਦੇ ਹੁੰਦੇ ਸੀ ਮੇਰੀ ਕੁੱਕੋ ਦੇ ਬੇਟੇ ਕਿ ਇੱਥੇ ਕਰਕੇ ਰਹਿੰਦਾ ਵਾ ਅਤੇ ਇੱਕ ਵਾਰੀ ਉਹਨੇ ਕਿਹਾ ਸੀ ਸਾਡਾ ਘਰ 'ਤੇ ਅਸੀਂ ਸ਼ੂਟਿੰਗ ਕਰਨੀ ਅੱਛਾ ਤਨਵੀਰ ਸਾਹਿਬ ਮੈਂ ਦੱਸੋ ਮੈਂ ਤਾਂ ਇਹ ਫੀਲ ਕਰਨਾ ਜੀ ਜੀ ਅਗਰ ਮੈਂ ਆਲੇ ਦੁਆਲੇ ਦੇਖਣਾ ਨਾ ਕਰਾਚੀ ਵੀ ਲਾਹੌਰ ਵੀ ਪਿਸ਼ਾਵਰ ਪਿੰਡੀ ਇਸਲਾਮਾਬਾਦ ਕਿਤਾਬਾਂ ਦੀਆਂ ਦੁਕਾਨਾਂ 'ਤੇ ਖਤਮ ਹੀ ਹੋ ਗਈਆਂ ਜੀ ਜੀ ਸਿਰੇ ਤੋਂ